ਕਦੇ ਕੋਈ ਲੰਗੜੀ ਵੀ ਕਹਿ ਦਿੰਦਾ ਸੀ ਜੀ, ਕਦੇ ਬਹੁਤ ਕੁਛ ਬੋਲਦੇ ਹੁੰਦੇ ਸੀ ਜੀ, ਤੂੰ ਇਹ ਨਹੀਂ ਕਰ ਪਾਏਗੀ, ਤੂੰ ਉਹ ਨਹੀਂ ਕਰ ਪਾਏਗੀ, ਪਰ ਦੁਨੀਆ ਦੇ ਰੱਬ ਨੇ ਉਹਨਾਂ ਦੇ ਮੂੰਹ 'ਤੇ ਬਹੁਤ ਮਤਲਬ ਉਹਨਾਂ ਨੂੰ ਜਵਾਬ ਦਿੱਤਾ ਰੱਬ ਨੇ ਜੀ, ਬਹੁਤ ਕਰਾਰਾ ਜਵਾਬ ਦਿੱਤਾ। ਜੇ ਮੰਨ ਲਓ ਕਿ ਇਹਨਾਂ ਨੂੰ ਕਿਤੇ ਹੈ ਨਾ ਲੈ ਕੇ ਜਾਣਾ, ਚੱਕ ਕੇ ਆਪ ਤਾਂ ਜਾ ਨਹੀਂ ਸਕਦੇ, ਚੜ੍ਹ ਨਹੀਂ ਸਕਦੇ ਹੈ ਨਾ ਕਿਸੇ, ਤਾਂ ਮੈਂ ਲੈ ਕੇ ਚੱਕ ਕੇ ਆਪਣੇ ਹੱਥਾਂ 'ਤੇ ਬਿਠਾਉਣਾ ਜਾਂ ਇਹਨਾਂ ਦੀ ਵੀਲ ਚੇਅਰ ਨੂੰ ਧੱਕਾ ਲਾ ਕੇ ਇਹਨਾਂ ਨੂੰ ਘਰ ਤੱਕ ਛੱਡ ਕੇ ਆਉਣਾ। ਡਰ ਸੀਗਾ ਕਿ ਵੀ ਬੰਦਾ ਕਹਿਜਾ ਹੋਵੇ, ਮਤਲਬ ਕਹਿਜਾ ਨਿਕਲਣਗੇ, ਪਤਾ ਨਹੀਂ ਵੀ ਤੈਨੂੰ ਵੇਚ ਨਾ ਦੇਣ, ਤੈਨੂੰ ਮਾਰ ਨਾ ਦੇਣ, ਬਹੁਤ ਕੁਛ ਕਹਿੰਦੇ ਸੀ ਜੀ। ਪਰ ਜੀ, ਪਰ ਮੈਂ ਆਪਦੇ ਦਿਲ ਦੀ ਸੁਣੀ ਜੀ ਜੀ, ਲੋਕ ਕਹਿੰਦੇ ਸੀ ਕਿ ਇਹਨੂੰ ਇਹਦੇ ਵਰਗਾ ਹੀ ਮਿਲੂਗਾ, ਇਹਨੂੰ ਐਜ ਮਤਲਬ ਕਦੇ ਮਤਲਬ ਵੀ ਨੋਰਮਲ ਮਿਲੂਗਾ ਵੀ ਨਹੀਂ, ਪਰ ਮੇਰੀ ਪਰਮਾਤਮਾ ਨੇ ਜੀ ਚੰਗੀ ਸੁਣੀ ਜੀ ਕਿ ਬਿਲਕੁਲ ਨੋਰਮਲ ਪਰਸਨ ਮਿਲੇ ਜੀ, ਜੋ ਮੈਂ ਚਾਹੁੰਦੀ ਸੀ ਨੇ ਜੀ ਉੱਦਾਂ ਦੇ ਹੀ ਮਿਲੇ ਸੀ ਜੀ। ਜਦੋਂ ਤੁਸੀਂ ਇਹਨਾਂ ਦੀ ਸਹਾਇਤਾ ਕੀਤੀ ਸੀ, ਕੀ ਸੋਚ ਕੇ ਕੀਤੀ ਸੀ ਸਹਾਇਤਾ ਤੁਸੀਂ? ਮੈਂ ਇੱਕ ਨੋਰਮਲੀ ਪਰਸਨ ਜਿਵੇਂ ਕਰਦਾ ਦਇਆ ਭਾਵਨਾ ਦੀ ਇੱਛਾ ਦੇ ਨਾਲ ਕਰੀ ਸੀਗੀ। ਹਾਂਜੀ, ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਮੇਰੀ ਜ਼ਿੰਦਗੀ ਦਾ ਲਾਈਫ ਪਾਰਟਨਰ ਇਹ ਬਣਨਗੇ। ਮੈਂ ਇੱਕ ਨੋਰਮਲੀ ਤੌਰ 'ਤੇ ਇਹਨਾਂ ਦੀ ਹੈਲਪ ਕਰੀ ਸੀਗੀ, ਉਹ ਹੈਲਪ ਨੇ ਸ਼ਾਇਦ ਇਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਤੀ ਮੇਰੀ, ਹੈ ਨਾ, ਇੱਕ ਮੇਰੇ ਦਿਲ ਦੇ ਵਿੱਚ ਇਹਨਾਂ ਦੀ ਜਗ੍ਹਾ ਬਣ ਗਈ। ਲੋਕਾਂ ਨੇ ਤਾਂ ਬਹੁਤ ਕੁਛ ਕਿਹਾ ਸੀ ਬਈ ਇਹ ਕਰ ਲਓ ਉਹ ਕਰ ਲਓ, ਪਰ ਮੈਂ ਆਪ ਕਿਸੇ ਦੀ ਨਹੀਂ ਸੁਣੀ, ਮੈਂ ਆਪਦੇ ਦਿਲ ਦੀ ਸੁਣੀ ਜੀ। ਹਾਂਜੀ, ਫਿਰ ਮੈਂ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਜੀ, ਫਿਰ ਮੈਂ ਇਹਨਾਂ ਨੂੰ ਹਾਂ ਕਰਤੀ ਸੀ ਜੀ। ਨਾ, ਮੈਂ ਇਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਤੁਹਾਨੂੰ ਲੁਧਿਆਣੇ ਕਦੇ ਕਿਸੇ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਤੁਸੀਂ ਫੋਨ ਕਰ ਦਿਓ, ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਊਂਗਾ। ਹਾਂਜੀ, ਹੈਲਪ ਦੇ ਤੌਰ 'ਤੇ ਦਿੱਤਾ ਸੀ ਉਦੋਂ ਨੰਬਰ, ਇਹ ਸੋਚ ਕੇ ਨਹੀਂ ਦਿੱਤਾ ਸੀ ਕਿ ਸਾਡੀ ਗੱਲਬਾਤ ਹੋਵੇ ਜਾਂ ਕਿੱਦਾਂ, ਬਸ ਇੱਕ ਹੈਲਪ ਕਰਨ ਦੇ ਤੌਰ 'ਤੇ ਨੰਬਰ ਦਿੱਤਾ ਸੀ ਮੈਂ ਇਹਨਾਂ ਨੂੰ। ਖੁਦ ਦੇ ਬ੍ਰਦਰ ਸੀ, ਉਹਨਾਂ ਨੇ ਇਹਨਾਂ ਨੂੰ ਦੇਖਿਆ ਨਹੀਂ ਸੀਗਾ, ਅਤੇ ਉਹ ਬਸ ਇੱਕੋ ਹੀ ਕਹਿ ਰਹੇ ਸੀ ਕਿ ਵੀਰੇ ਤੈਂ ਕੀ ਦੇਖਿਆ ਹੈ ਨਾ ਇਹਨਾਂ ਦੇ ਵਿੱਚ, ਵੀ ਕੀ ਸੋਚ ਕੇ ਮੈਰਿਜ ਕਰਾ ਰਹੇ ਹੋ ਤੁਸੀਂ ਇਹਨਾਂ ਨਾਲ? ਤਾਂ ਮੈਂ ਕਿਹਾ ਨਹੀਂ ਯਾਰ, ਮੈਂ ਕੁਛ ਦੇਖਿਆ ਵੀ ਨਹੀਂ, ਮੈਂ ਕੁਛ ਸੋਚਿਆ ਵੀ ਨਹੀਂ, ਕੁਛ ਬਿਨਾਂ ਸੋਚੇ ਮੈਰਿਜ ਕਰਾ ਰਿਹਾ। ਕਹਿੰਦੇ ਯਾਰ ਤੂੰ ਹੁਣ ਕਰਾ ਰਿਹਾ ਲਾਈਫ ਦੇ ਵਿੱਚ, ਅੱਗੇ ਜਾ ਕੇ ਤੈਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਏਗਾ। ਮੈਂ ਕਿਹਾ ਚੱਲ ਯਾਰ ਦੇਖਾਂਗੇ, ਲਾਈਫ ਜਿੱਦਾਂ ਦੇ ਰੰਗ ਦਿਖਾਏਗੀ ਦੇਖਾਂਗੇ, ਕੋਈ ਗੱਲ ਨਹੀਂ। ਪਰ ਦਿਲ ਮਿਲ ਗਿਆ, ਪਰਮਾਤਮਾ ਨੇ ਲਿਖਤਾ ਜੋ ਲਿਖਤਾ, ਹੋ ਗਿਆ ਮੈਰਿਜ। ਪਹਿਲਾਂ ਤਾਂ ਬਹੁਤ ਕਹਿੰਦੇ ਸੀਗੇ ਕਿ ਨਹੀਂ ਰਾਹੁਲ ਜੀ ਤੁਹਾਨੂੰ ਲਿਖ ਕੇ ਦੇਣਾ ਪੈਣਾ ਹੈ ਨਾ, ਜਾਂ ਤੁਸੀਂ ਸਾਨੂੰ ਲਿਖ ਕੇ ਦਿਓ ਜਾਂ ਕੋਰਟ ਮੈਰਿਜ ਕਰਾਓ। ਕੀ ਲਿਖ ਕੇ ਕੀ ਦੇਣਾ ਤੋ ਇਹਨਾਂ ਦੇ ਘਰ ਦੇ ਕਹਿ ਰਹੇ ਸੀਗੇ? ਜਿਵੇਂ ਕਿ ਮੰਨ ਲਓ ਸਾਡੀ ਕੁੜੀ ਨਾਲ ਤੁਸੀਂ ਵਿਆਹ ਕਰਾ ਰਹੇ ਹੋ, ਲੈ ਕੇ ਜਾ ਰਹੇ ਹੋ, ਸਾਨੂੰ ਲਿਖ ਕੇ ਬਕਾਇਦਾ ਇਹ ਦਿਓ ਕਿ ਸਾਡੀ ਕੁੜੀ ਨੂੰ ਕੱਲ੍ਹ ਨੂੰ ਕੁਛ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ ਹੋ। ਮੈਨੂੰ ਦੇਖਦੇ ਸੀ ਜਿਹੜੇ ਹੈਰਾਨ ਹੋ ਜਾਂਦੇ ਸੀ ਜੀ, ਇਹਨਾਂ ਦੇ ਯਾਰ ਦੋਸਤ ਕਈ ਅਜੇ ਸੀਗੇ, ਉਹ ਹੀ ਹੈਰਾਨ ਹੋ ਜਾਂਦੇ, ਤੂੰ ਵੀ ਕੀ ਦੇਖਿਆ ਇਹਨੂੰ ਬਈ ਐਵੇਂ। ਫਿਰ ਜਦੋਂ ਫਿਰ ਮੈਂ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾਂਦੀ ਸੀ ਜੀ, ਬਸ ਉਦੋਂ ਫਿਰ ਇਹ ਮੈਨੂੰ ਸਮਝਾ ਦਿੰਦੇ ਸੀ ਥੋੜ੍ਹਾ ਜਿਹਾ ਵੀ ਨਾ ਤੂੰ ਟੈਨਸ਼ਨ ਨਾ ਲਿਆ ਕਰ, ਮੈਂ ਤੇਰੇ ਨਾਲ ਹਾਂ, ਜਦੋਂ ਮੈਨੂੰ ਕੋਈ ਟੈਨਸ਼ਨ ਨਹੀਂ ਤਾਂ ਫਿਰ ਮੈਂ ਦੁਨੀਆਦਾਰੀ ਦੀ ਕਿਸੇ ਦੀ ਟੈਨਸ਼ਨ ਨਹੀਂ ਲੈਂਦਾ। ਦੇਖੋ ਮੇਰੀ ਮਾਤਾ ਦਾ ਤਾਂ ਕੋਈ ਰਿਐਕਸ਼ਨ ਨਹੀਂ, ਮੇਰੀ ਮਾਤਾ ਨੇ ਤਾਂ ਬਹੁਤ ਵਧੀਆ ਕਿਹਾ, ਕਹਿੰਦੀ ਪੁੱਤ ਜਿੱਦਾਂ ਤੈਨੂੰ ਵਧੀਆ ਲੱਗਦਾ ਕਰ। ਅਤੇ ਮੇਰੇ ਫਾਦਰ ਦਾ ਥੋੜ੍ਹਾ ਜਿਹਾ ਸੀਗਾ ਸਰ ਮਤਲਬ ਕਹਿਣ ਦਾ ਕਿ ਤੂੰ ਆਪਣੀ ਲਾਈਫ ਕਿੱਦਾਂ ਕੱਟੇਂਗਾ ਅੱਗੇ, ਹੈ ਨਾ, ਕਿ ਕਹਿਣਾ ਸੌਖਾ ਹੈ, ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਪਰ ਕਰਨਾ ਲਾਈਫ ਦੇ ਵਿੱਚ ਪ੍ਰੈਕਟੀਕਲ ਬੜਾ ਔਖਾ ਵਾ। ਤੁਹਾਨੂੰ ਪਤਾ ਲੱਗਾ ਕਿ ਇਹਨਾਂ ਦੇ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਜਿਹਦੇ ਨਾਲ ਵਿਆਹ ਕਰਵਾ ਕੇ ਵੇਚ ਨਾ ਦੇਵੇ, ਤੈਨੂੰ ਮਾਰ ਨਾ ਦੇਵੇ, ਫਿਰ ਤੁਹਾਡੇ ਮਨ 'ਤੇ ਕੀ ਬੀਤ ਰਹੀ ਸੀ? ਇੱਕ ਵਾਰੀ ਤਾਂ ਬਹੁਤ ਗੁੱਸਾ ਆਇਆ ਸੀਗਾ ਜੀ ਕਿ ਬੰਦੇ ਹੈ ਨਾ ਕੀ ਸੋਚ ਰਹੇ ਆ, ਪਰ ਫਿਰ ਵੀ ਮੈਂ ਇਹਦੇ ਘਰਦਿਆਂ ਦੇ ਨਾਲ ਖੁਦ ਗੱਲ ਕਰਨੀ ਬਿਹਤਰ ਸਮਝੀ, ਮੈਂ ਇਹਦੇ ਘਰਦਿਆਂ ਨੂੰ ਸਮਝਾਇਆ। ਨਹੀਂ ਜੀ, ਬਿਲਕੁਲ ਨਹੀਂ ਪਤਾ ਸੀ ਜੀ, ਮੈਂ ਤਾਂ ਅਜੇ ਸੋਚਿਆ ਨਹੀਂ ਸੀ, ਬਸ ਪਰਮਾਤਮਾ ਨੇ ਸਾਨੂੰ ਇੱਥੇ ਤੱਕ ਮਿਲਾ ਤਾ ਜੀ, ਬਹੁਤ ਹੁਣ
ਖੁਸ਼ ਹੈਗੇ ਹਾਂ ਜੀ। ਮੈਨੂੰ ਰਿਸ਼ਤਾ ਹਮੇਸ਼ਾ ਜੀ ਮੇਰੇ ਵਰਗੇ ਪਰਸਨ ਦੇ ਹੀ ਆਉਂਦੇ ਸੀ ਜੀ, ਹੈਂਡੀਕੈਪ ਪਰਸਨ ਦੇ ਹੀ ਆਉਂਦੇ ਸੀ ਜੀ। ਮੈਨੂੰ ਜੀ ਇੱਕ ਗੱਲ ਦੀ ਚਿੰਤਾ ਹੁੰਦੀ ਸੀ ਕਿ ਨਹੀਂ ਜੀ ਦੋਨੋਂ ਇੱਕੋ ਜਿਹੇ ਹੋਵਾਂਗੇ ਤਾਂ ਇੱਕ ਦੂਜੇ ਦੀ ਹੈਲਪ ਕਿਵੇਂ ਕਰਾਂਗੇ। ਅਤੇ ਮੈਂ ਇਹ ਫਿਰ ਇਹ ਮਤਲਬ ਮੈਂ ਉਹ ਰਿਸ਼ਤਾ ਕਦੇ ਨਹੀਂ ਅਪਣਾਇਆ ਸੀ ਕਦੇ ਵੀ। ਮੈਂ ਕਿਹਾ ਨਹੀਂ ਜੇ ਮੇਰੇ ਲਾਈਫ 'ਚ ਨੋਰਮਲ ਪਰਸਨ ਹੈ ਤਾਂ ਮੈਂ ਵਿਆਹ ਕਰਾਊਂਗੀ, ਨਹੀਂ ਤਾਂ ਨਹੀਂ ਕਰਾਉਣਾ। ਪਾਈ ਜਾ ਲੰਗੜੀ ਆ ਜਿੱਦਾਂ ਕਿ ਬਹੁਤ ਕੁਛ ਕਹਿੰਦੇ ਹੁੰਦੇ ਸੀ ਜੀ, ਪਰ ਮੈਂ ਉਹਨਾਂ ਚੀਜ਼ਾਂ ਨੂੰ ਸਾਈਡ ਰੱਖ ਕੇ ਆਪਣੀ ਲਾਈਫ ਨੂੰ ਅੱਗੇ ਵਧਾਉਣ ਦਾ ਸੋਚਿਆ ਜੀ। ਮੈਂ ਇੱਥੇ ਤੱਕ ਜੀ BA ਪਾਸ ਕਰ ਲਈ ਜੀ, ਸਟੱਡੀ ਕੰਪਲੀਟ ਕਰ ਲਈ, ਬਹੁਤ ਇੰਟਰਵਿਊ ਵੀ ਦੇ ਤੇ ਜੀ ਹਾਲੇ ਤੱਕ ਤਾਂ ਜੀ ਹਾਲੇ ਕੋਈ ਮਤਲਬ ਵੀ ਨੌਕਰੀ ਨਹੀਂ। ਫਿਰ ਮੈਂ ਮੈਰਿਜ ਕਰਾਉਣ ਦਾ ਹੀ ਹਾਲੇ ਸੋਚਿਆ ਜੀ। ਮੈਂ ਕਿਹਾ ਜੀ ਇੱਕ ਵਾਰੀ ਮੈਰਿਜ ਕਰਾ ਲਾਂਗੇ ਤਾਂ ਫਿਰ ਮਾਂ ਪਿਓ ਨੂੰ ਥੋੜ੍ਹਾ ਜਿਹਾ ਸੁੱਖ ਹੋ ਜੂਗਾ ਜੀ। ਕੰਮ ਕਾਰ ਦੇਖੋ ਜੀ ਮਿਲ ਵੰਡ ਕੇ ਕਰ ਲਈਦਾ, ਦੋਨੋਂ ਜਾਣੇ ਮਿਲ ਵੰਡ ਕੇ ਕਰ ਲਈਦਾ ਵਾ। ਜੋ ਇਹਦੇ ਤੋਂ ਹੁੰਦਾ ਉਹ ਇਹ ਕਰਦੀ ਆ, ਜੋ ਨਹੀਂ ਹੁੰਦਾ ਇਹਨੂੰ ਕਹਿ ਦਿੰਦਾ ਸਾਫ਼ ਕਿ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਂ ਕਰ ਲਊਂਗਾ ਮੈਂ ਹੈਗਾ ਵਾ ਜੀ। ਮੈਂ ਜਵਾਬ ਨਹੀਂ ਦੇਣਾ ਜ਼ਰੂਰੀ ਸਮਝਿਆ। ਮੈਂ ਕਿਹਾ ਜਿਸ ਦਿਨ ਮੇਰਾ ਮਤਲਬ ਵੀ ਮੈਂ ਕਹਿੰਦੇ ਨਾ ਚੁੱਪ ਨਾਲ ਜਵਾਬ ਦਿਓ, ਤਾਂ ਕਰਕੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦੀ ਸੀ ਅਤੇ ਰੱਬ ਨੇ ਆਪੇ ਆਪ ਜਵਾਬ ਦਿੱਤਾ ਸੀ ਉਹਨਾਂ ਨੇ ਜੀ। ਜਿਸ ਦਿਨ ਮੇਰੀ ਮੈਰਿਜ ਹੋਈ ਸੀ ਨਾ ਜੀ, ਉਸ ਦਿਨ ਜੀ ਸਾਰੇ ਦੇਖਦੇ ਰਹਿ ਗਏ ਜੀ ਦੀ ਸੋਚ ਬਦਲੋ, ਠੀਕ ਹੈ ਨਾ। ਸਾਡੇ ਵਰਗੇ ਪਰਸਨ ਵੀ ਦਿਲ ਵਾਲੇ ਹੁੰਦੇ ਆ ਔਰ ਸਪੈਸ਼ਲਿਸਟ ਹੀ ਹੁੰਦੇ ਆ, ਬਸ ਉਹਨਾਂ ਦੀ ਕਦਰ ਕਰੋ ਪਲੀਜ਼, ਉਹਨਾਂ ਨੂੰ ਮੰਦਾ ਨਾ ਬੋਲੋ, ਉਹਨਾਂ ਦਾ ਵੀ ਬੜਾ ਦਿਲ ਦੁਖਦਾ ਹੈ। ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਵੀਰ ਅਤੇ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਭੈਣ ਜੀ ਹੁਣੇ ਹੈਂਡੀਕੈਪ ਨੇ ਅਤੇ ਵੀਰ ਜੀ ਹੁਣੇ ਬਿਲਕੁਲ ਠੀਕ ਨੇ। ਜ਼ਿੰਦਗੀ ਦੇ ਵਿੱਚ ਵੀਰ ਜੀ ਨੇ ਵੀ ਬਹੁਤ ਸਾਰਾ ਸੰਘਰਸ਼ ਦੇਖਿਆ ਅਤੇ ਇਸ ਭੈਣ ਨੇ ਵੀ ਬਹੁਤ ਸਾਰਾ ਸੰਘਰਸ਼ ਦੇਖਿਆ। ਇਹਨਾਂ ਦੇ ਸੰਘਰਸ਼ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਜ਼ਿੰਦਗੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਵੀਰ ਜੀ ਸਾਡੇ ਚੈਨਲ 'ਤੇ। ਧੰਨਵਾਦ ਜੀ ਤੁਹਾਡਾ, ਤੁਹਾਡਾ ਵੀ ਜੀ। ਮੈਡਮ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਅਤੇ ਭੈਣ ਭਰਾ ਨੂੰ ਜੀ। ਬਾਈ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ, ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ ਤੁਹਾਡੀ? ਜ਼ਿੰਦਗੀ ਵਧੀਆ ਚੱਲ ਰਹੀ ਹੈ, ਜਿਸ ਪਰਮਾਤਮਾ ਨੇ ਦਿੱਤੀ ਉਹ ਬਹੁਤ ਵਧੀਆ ਚੱਲ ਰਹੀ ਹੈ ਇਸ ਵੇਲੇ ਜੀ। ਜੀ ਮੈਡਮ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ? ਸਰ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਹੈ, ਜੋ ਮੈਂ ਸੋਚਾਂ ਨਹੀਂ ਉਸ ਤੋਂ ਵੱਧ ਕੇ ਮੈਨੂੰ ਮਿਲਦਾ ਪਿਆ। ਹਾਂਜੀ ਮੈਂ ਇਸ ਲਾਈਫ 'ਚ ਬਹੁਤ ਖੁਸ਼ ਹਾਂ ਜੀ। ਜੀ ਜੀ ਵੀਰ ਜੀ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੀ? ਜਿਸ ਤਰ੍ਹਾਂ ਭੈਣ ਜੀ ਹੁਣੇ ਹੈਂਡੀਕੈਪ ਨੇ, ਤੁਸੀਂ ਬਿਲਕੁਲ ਠੀਕ ਹੋ। ਸਾਡੀ ਮੁਲਾਕਾਤ ਮੇਰੇ ਇੱਕ ਫਰੈਂਡ ਦੀ ਮੈਰਿਜ ਸੀਗੀ ਉਹਦੇ ਵਿੱਚ ਹੋਈ ਸੀਗੀ ਸਰ ਜੀ। ਹਾਂਜੀ ਉਹਦੇ ਵਿੱਚ ਮੈਰਿਜ ਦੇ ਇਹਨਾਂ ਦੇ ਨਾਲ ਮੈਂ ਰਿਹਾ ਥੋੜ੍ਹਾ ਜਿਹਾ, ਇਹਨਾਂ ਦੇ ਮਤਲਬ ਕਿ ਸਹਾਰਾ ਬਣਿਆ ਸੀ ਇਹਨਾਂ ਦਾ ਮੈਂ ਅਤੇ ਉਹਦੇ ਉਦੋਂ ਸਾਡੀ ਮੁਲਾਕਾਤ ਹੋਈ ਸੀਗੀ। ਉਹ ਮੁਲਾਕਾਤ ਹੋਣ ਤੋਂ ਬਾਅਦ ਸਾਡੀ ਫਿਰ ਫੋਨ 'ਤੇ ਗੱਲ ਹੋਣ ਲੱਗ ਗਈ ਇੱਕ ਦੂਜੇ ਨਾਲ, ਇੱਦਾਂ ਵੱਧਦੇ ਵੱਧਦੇ ਗੱਲ ਬਹੁਤ ਅੱਗੇ ਤੱਕ ਆ ਗਈ। ਸਾਨੂੰ ਪਤਾ ਨਹੀਂ ਸੀ ਨਾ ਕਿ ਲਾਈਫ ਇੱਥੇ ਤੱਕ ਲੈ ਆਏਗੀ, ਪਤਾ ਨਹੀਂ ਸੀ ਸਾਨੂੰ, ਪਰ ਚਲੋ ਲਾਈਫ ਲਿਆਈ, ਬਹੁਤ ਵਧੀਆ ਹੋਇਆ ਸਾਡੀ ਜ਼ਿੰਦਗੀ 'ਚ, ਜੋ ਵੀ ਹੋਇਆ ਖੁਸ਼ ਹਾਂ ਅਸੀਂ ਜੀ। ਵੀਰ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਕਿ ਮੈਂ ਇਹਨਾਂ ਨੂੰ ਇੱਕ ਯਾਰ ਦੋਸਤ ਦੀ ਮੈਰਿਜ 'ਤੇ ਮਿਲਿਆ ਸੀ, ਇਹਨੂੰ ਜਦੋਂ ਤੁਸੀਂ ਇਹਨਾਂ ਦੀ ਸਹਾਇਤਾ ਕੀਤੀ ਸੀ ਕੀ ਸੋਚ ਕੇ ਕੀਤੀ ਸੀ ਸਹਾਇਤਾ ਤੁਸੀਂ ਇਹਨਾਂ? ਮੈਂ ਇੱਕ ਨੋਰਮਲੀ ਪਰਸਨ ਜਿਵੇਂ ਕਰਦਾ ਦਇਆ ਭਾਵਨਾ ਦੀ ਇੱਛਾ ਦੇ ਨਾਲ ਕਰੀ ਸੀਗੀ। ਹਾਂਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਮੇਰੀ ਜ਼ਿੰਦਗੀ ਦਾ ਲਾਈਫ ਪਾਰਟਨਰ ਇਹ ਬਣਨਗੇ, ਮੈਂ ਇੱਕ ਨੋਰਮਲੀ ਤੌਰ 'ਤੇ ਇਹਨਾਂ ਦੀ ਹੈਲਪ ਕਰੀ ਸੀਗੀ। ਉਹ ਹੈਲਪ ਨੇ ਸ਼ਾਇਦ ਇਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਤੀ ਮੇਰੀ, ਹੈ ਨਾ, ਇੱਕ ਮੇਰੇ ਦਿਲ ਦੇ ਵਿੱਚ ਇਹਨਾਂ ਦੀ ਜਗ੍ਹਾ ਬਣ ਗਈ। ਕੀ ਹੈਲਪ ਕੀ ਕੀਤੀ ਸੀ ਵੀਰ ਜੀ ਤੁਸੀਂ ਇਹਨਾਂ ਦੀ? ਜੇ ਮੰਨ ਲਓ ਕਿ ਇਹਨਾਂ ਨੂੰ ਕਿਤੇ ਹੈ ਨਾ ਲੈ ਕੇ ਜਾਣਾ, ਚੱਕ ਕੇ ਆਪ ਤਾਂ ਜਾ ਨਹੀਂ ਸਕਦੇ, ਚੜ੍ਹ ਨਹੀਂ ਸਕਦੇ ਹੈ ਨਾ ਕਿਸੇ, ਤਾਂ ਮੈਂ ਲੈ ਕੇ ਚੱਕ ਕੇ ਆਪਣੇ ਹੱਥਾਂ 'ਤੇ ਬਿਠਾਉਣਾ ਜਾਂ ਇਹਨਾਂ ਦੀ ਵੀਲ ਚੇਅਰ ਨੂੰ ਧੱਕਾ ਲਾ ਕੇ ਇਹਨਾਂ ਨੂੰ ਘਰ ਤੱਕ ਛੱਡ ਕੇ ਆਉਣਾ,
ਹਾਂਜੀ ਇਹ ਸਭ ਕੁਛ ਸੀ। ਮੈਡਮ ਜਦੋਂ ਤੁਹਾਡੀ ਇਹਨਾਂ ਨੇ ਹੈਲਪ ਕੀਤੀ ਸੀ ਤੁਸੀਂ ਕੀ ਸੋਚਦੇ ਸੀ ਉਸ ਟਾਈਮ? ਮੈਂ ਸੋਚਿਆ ਸੀ ਕਿ ਮੈਂ ਕਿਹਾ ਮੇਰੇ ਆਲੇ ਤੋਂ ਕੋਈ ਨਹੀਂ ਆ, ਮੈਂ ਸੋਚਦੀ ਸੀ ਕਿ ਬਹੁਤ ਵਧੀਆ ਫੀਲ ਹੋਇਆ ਜੀ ਮੈਨੂੰ ਇਹਨਾਂ ਨੇ ਹੈਲਪ ਕੀਤੀ ਜੀ। ਮੈਂ ਸੋਚਿਆ ਨਹੀਂ ਅੱਜ ਕੱਲ੍ਹ ਪਰਸਨ ਸੋਚ ਸਮਝ ਕੇ ਹੈਲਪ ਕਰਦੇ ਆ ਜੀ, ਜੀ ਇਹਨਾਂ ਨੇ ਕੀਤੇ ਐਵੇਂ ਲੱਗਿਆ ਨਹੀਂ ਕੋਈ ਦੁਗਲਾ ਜਿਹਾਪਨ, ਨਹੀਂ ਜੀ ਆਪਣਾਪਨ ਜਿਹਾ ਲੱਗਿਆ ਇਹਨਾਂ ਦੇ ਵਿੱਚ ਜੀ ਮੈਨੂੰ। ਹਾਂਜੀ ਜਦੋਂ ਪਹਿਲੀ ਵਾਰ ਇਹਨਾਂ ਤੁਸੀਂ ਦੇਖਿਆ ਸੀ ਤੁਹਾਡੀ ਹੈਲਪ ਕੀਤੀ ਸੀਗੀ, ਠੀਕ ਹੈ ਜੀ, ਜਦੋਂ ਪਹਿਲੀ ਵਾਰ ਮੁਲਾਕਾਤ ਹੋਈ ਸੀ ਤੁਹਾਨੂੰ ਪਤਾ ਸੀਗਾ ਕਿ ਇਹਨਾਂ ਦੇ ਨਾਲ ਤੁਹਾਡੀ ਮੈਰਿਜ ਹੋ ਜਾਣੀ? ਨਹੀਂ ਜੀ ਬਿਲਕੁਲ ਨਹੀਂ ਪਤਾ ਸੀ ਜੀ, ਮੈਂ ਤਾਂ ਅਜੇ ਸੋਚਿਆ ਨਹੀਂ ਸੀ, ਬਸ ਪਰਮਾਤਮਾ ਨੇ ਸਾਨੂੰ ਇੱਥੇ ਤੱਕ ਮਿਲਾ ਤਾ ਜੀ, ਬਹੁਤ ਹੁਣ ਖੁਸ਼ ਹੈਗੇ ਹਾਂ ਜੀ। ਹਾਂਜੀ ਬਾਈ ਜੀ ਤੁਹਾਨੂੰ ਪਤਾ ਸੀਗਾ? ਨਹੀਂ ਨਹੀਂ ਸਰ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਸੀ, ਨਾ ਕੋਈ ਆਈਡੀਆ ਸੀ ਨਾ ਕੋਈ ਦਿਮਾਗ ਦੇ ਵਿੱਚ ਸੀਗੀ ਹੈ ਨਾ ਕਿ ਸਾਡੀ ਮੈਰਿਜ ਹੋਏਗੀ, ਪਰ ਕਹਿੰਦੇ ਨਾ ਜੋ ਪਰਮਾਤਮਾ ਨੇ ਲਿਖਿਆ ਉਹ ਹੋਣਾ ਜੀ, ਉਹਨਾਂ ਦੀ ਰਜ਼ਾ ਦੇ ਸਾਹਮਣੇ ਸਭ ਕੁਛ ਵਧੀਆ ਕਰਦੇ ਆ। ਬਾਈ ਜੀ ਨੰਬਰ ਕਿਹਨਾਂ ਨੇ ਦਿੱਤਾ ਸੀਗਾ? ਤੁਸੀਂ ਦੱਸਦੇ ਪਏ ਸੀਗੇ ਫੋਨ ਨੰਬਰ ਵੀ ਐਕਸਚੇਂਜ ਹੋਏ ਤੁਹਾਡੇ ਜੀ, ਉਹ ਪਹਿਲ ਮੈਂ ਹੀ ਕਰੀ ਸੀਗੀ ਨਾ, ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਤੁਹਾਨੂੰ ਲੁਧਿਆਣੇ ਕਦੇ ਕਿਸੇ ਚੀਜ਼ ਦੀ ਲੋੜ ਪਵੇ ਤਾਂ ਮੈਨੂੰ ਤੁਸੀਂ ਫੋਨ ਕਰ ਦਿਓ, ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਊਂਗਾ ਜੀ। ਹਾਂਜੀ ਹੈਲਪ ਦੇ ਤੌਰ 'ਤੇ ਦਿੱਤਾ ਸੀ ਉਦੋਂ ਨੰਬਰ, ਇਹ ਸੋਚ ਕੇ ਨਹੀਂ ਦਿੱਤਾ ਸੀ ਕਿ ਸਾਡੀ ਗੱਲਬਾਤ ਹੋਵੇ ਜਾਂ ਕਿੱਦਾਂ, ਬਸ ਇੱਕ ਹੈਲਪ ਕਰਨ ਦੇ ਤੌਰ 'ਤੇ ਨੰਬਰ ਦਿੱਤਾ ਸੀ ਮੈਂ ਇਹਨਾਂ ਨੂੰ ਜੀ। ਫਿਰ ਜਿਵੇਂ ਮੰਨ ਲਓ ਕਿ ਹੈ ਨਾ ਕੋਈ ਮਨ ਦੁਖੀ ਹੁੰਦਾ ਬੰਦੇ ਦਾ, ਇੱਕ ਦੂਜੇ ਦਾ ਮਨ ਦੁਖੀ ਹੁੰਦਾ ਤਾਂ ਇੱਕ ਦੂਜੇ ਨਾਲ ਗੱਲ ਕਰ ਲੈਣੀ ਅਸੀਂ ਆਪਸ ਦੇ ਵਿੱਚ ਜੀ, ਉੱਦਾਂ ਅਟੈਚਮੈਂਟ ਸਾਡੀ ਵੱਧਦੀ ਗਈ ਆ ਇੱਕ ਦੂਜੇ ਵੱਲ ਜੀ ਜੀ। ਜਦੋਂ ਮੈਡਮ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਫੋਨ ਤੋਂ ਗੱਲ ਚੱਲਦੇ ਚੱਲਦੇ ਮੈਰਿਜ ਤੱਕ ਪਹੁੰਚ ਚੁੱਕੀ ਹੈ, ਫਿਰ ਉਸ ਟਾਈਮ ਮਨ 'ਤੇ ਕੀ ਚੱਲ ਰਿਹਾ ਤੁਹਾਡੇ? ਜੀ ਬਹੁਤ ਕੁਛ ਚੱਲਦਾ ਸੀ ਜੀ ਮਨ 'ਚ, ਪਰ ਇੱਕ ਵਿਸ਼ਵਾਸ ਹੁੰਦਾ ਨਾ ਜੀ ਉਹ ਬਣ ਚੁੱਕਿਆ ਸੀ ਜੀ, ਲੋਕਾਂ ਨੇ ਤਾਂ ਬਹੁਤ ਕੁਛ ਕਿਹਾ ਸੀ ਬਈ ਇਹ ਕਰ ਲਓ ਉਹ ਕਰ ਲਓ, ਪਰ ਮੈਂ ਆਪ ਕਿਸੇ ਦੀ ਨਹੀਂ ਸੁਣੀ, ਮੈਂ ਆਪਦੇ ਦਿਲ ਦੀ ਸੁਣੀ ਜੀ। ਹਾਂਜੀ ਫਿਰ ਮੈਨੂੰ ਇਹਨਾਂ ਨੂੰ ਵਿਸ਼ਵਾਸ ਹੋ ਗਿਆ ਜੀ, ਫਿਰ ਮੈਂ ਇਹਨਾਂ ਨੂੰ ਹਾਂ ਕਰਤੀ ਸੀ ਜੀ। ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਕਿ ਲੋਕ ਗੱਲਾਂ ਬਹੁਤ ਕਰਦੇ ਸੀ, ਕੀ ਕਹਿ ਰਹੇ ਸੀਗੇ ਲੋਕ ਉਸ ਟਾਈਮ? ਜੀ ਲੋਕ ਕਹਿੰਦੇ ਸੀ ਕਿ ਇਹਨੂੰ ਇਹਦੇ ਵਰਗਾ ਹੀ ਮਿਲੂਗਾ, ਇਹਨੂੰ ਐਜ ਆ ਮਤਲਬ ਕਦੇ ਮਤਲਬ ਵੀ ਨੋਰਮਲ ਮਿਲੂਗਾ ਵੀ ਨਹੀਂ, ਪਰ ਮੇਰੀ ਪਰਮਾਤਮਾ ਨੇ ਜੀ ਚੰਗੀ ਸੁਣੀ ਜੀ ਕਿ ਬਿਲਕੁਲ ਨੋਰਮਲ ਪਰਸਨ ਮਿਲੇ ਜੀ, ਜੋ ਮੈਂ ਚਾਹੁੰਦੀ ਸੀ ਨੇ ਜੀ ਉੱਦਾਂ ਦੇ ਹੀ ਮਿਲੇ ਸੀ ਜੀ। ਹਾਂਜੀ ਤੁਹਾਡੇ ਪਰਿਵਾਰਿਕ ਮੈਂਬਰ ਕੀ ਕਹਿੰਦੇ ਸੀਗੇ ਤੁਹਾਨੂੰ? ਪਰਿਵਾਰਿਕ ਮੈਂਬਰ ਨੂੰ ਥੋੜ੍ਹਾ ਜਿਹਾ ਡਰ ਸੀ ਜੀ ਕਿ ਬਾਹਰ ਸਾਡੇ ਪਰਿਵਾਰ ਦਾ ਇੰਨੀ ਦੂਰ ਆਇਆ ਵੀ ਨਹੀਂ ਜੀ ਲੁਧਿਆਣੇ ਸਾਈਡ ਜੀ, ਤਾਂ ਕਰਕੇ ਉਹਨਾਂ ਨੂੰ ਡਰ ਸੀਗਾ ਕਿ ਵੀ ਬੰਦਾ ਕਿਹੋ ਹੋਵੇ ਮਤਲਬ ਕਿਹੋ ਨਿਕਲਣਗੇ, ਪਤਾ ਨਹੀਂ ਵੀ ਤੈਨੂੰ ਵੇਚ ਨਾ ਦੇਣ, ਤੈਨੂੰ ਮਾਰ ਨਾ ਦੇਣ, ਬਹੁਤ ਕੁਛ ਕਹਿੰਦੇ ਸੀ ਜੀ, ਪਰ ਜੀ ਪਰ ਮੈਂ ਆਪਦੇ ਦਿਲ ਦੀ ਸੁਣੀ ਜੀ। ਹਾਂਜੀ ਬਾਈ ਜੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹਨਾਂ ਦੇ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਜਿਹਦੇ ਨਾਲ ਵਿਆਹ ਕਰਵਾ ਕੇ ਵੇਚ ਨਾ ਦੇਵੇ, ਤੈਨੂੰ ਮਾਰ ਨਾ ਦੇਵੇ, ਫਿਰ ਤੁਹਾਡੇ ਮਨ 'ਤੇ ਕੀ ਬੀਤ ਰਹੀ ਸੀ? ਇੱਕ ਵਾਰੀ ਤਾਂ ਬਹੁਤ ਗੁੱਸਾ ਆਇਆ ਸੀਗਾ ਜੀ ਕਿ ਬੰਦੇ ਹੈ ਨਾ ਕੀ ਸੋਚ ਰਹੇ ਆ, ਪਰ ਫਿਰ ਵੀ ਮੈਂ ਇਹਦੇ ਘਰਦਿਆਂ ਦੇ ਨਾਲ ਖੁਦ ਗੱਲ ਕਰਨੀ ਬਿਹਤਰ ਸਮਝੀ, ਮੈਂ ਇਹਦੇ ਘਰਦਿਆਂ ਨੂੰ ਸਮਝਾਇਆ, ਉਹਨਾਂ ਨੂੰ ਬੁਲਾਇਆ ਘਰੇ, ਬੁਲਾਇਆ ਆਪਣੇ ਬਕਾਇਦਾ 'ਚ ਬਿਠਾ ਕੇ ਉਹਨਾਂ ਨੂੰ ਸਮਝਾਇਆ, ਜਦੋਂ ਉਹਨਾਂ ਨੇ ਮੇਰੀ ਫੀਲਿੰਗ ਦੇਖੀ ਨਾ, ਉਹਨਾਂ ਨੇ ਮੇਰੀ ਮਤਲਬ ਇੱਕ ਚਾਹਤ ਦੇਖੀ, ਤਾਂ ਉਹਨਾਂ ਨੂੰ ਵੀ ਵਿਸ਼ਵਾਸ ਹੋ ਗਿਆ ਸੀਗਾ ਮੇਰੇ ਉੱਤੇ। ਪਹਿਲਾਂ ਤਾਂ ਬਹੁਤ ਕਹਿੰਦੇ ਸੀਗੇ ਕਿ ਨਹੀਂ ਰਾਹੁਲ ਜੀ ਤੁਹਾਨੂੰ ਲਿਖ ਕੇ ਦੇਣਾ ਪੈਣਾ ਹੈ ਨਾ, ਜਾਂ ਤੁਸੀਂ ਸਾਨੂੰ ਲਿਖ ਕੇ ਦਿਓ ਜਾਂ ਕੋਰਟ ਮੈਰਿਜ ਕਰਾਓ। ਕੀ ਲਿਖ ਕੇ ਕੀ ਦੇਣਾ ਤੁਹਾਨੂੰ ਇਹਨਾਂ ਦੇ ਘਰ ਦੇ ਕਹਿ ਰਹੇ ਸੀਗੇ? ਜਿਵੇਂ ਕਿ ਮੰਨ ਲਓ ਸਾਡੀ ਕੁੜੀ ਨਾਲ ਤੁਸੀਂ ਵਿਆਹ ਕਰਾ ਰਹੇ ਹੋ, ਲੈ ਕੇ ਜਾ ਰਹੇ ਹੋ, ਸਾਨੂੰ ਲਿਖ ਕੇ ਬਕਾਇਦਾ ਇਹ ਦਿਓ ਕਿ ਸਾਡੀ ਕੁੜੀ ਨੂੰ ਕੱਲ੍ਹ ਨੂੰ ਕੁਛ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ ਹੋ, ਜਾਂ ਤੁਸੀਂ ਇਹਨੂੰ ਕੁਛ ਕਰ ਨਹੀਂ ਸਕਦੇ, ਜਾਂ ਜਿਵੇਂ ਮੰਨ ਲਓ ਇੱਕ ਰੱਖ ਨਹੀਂ ਦਿੰਦੇ ਹੁੰਦੇ ਰਕਮ ਵੇਚਣ ਵਾਲੀ, ਜਿਹਨੂੰ ਕਹਿੰਦੇ ਹੈਗੇ ਬੱਚੇ ਕੋਈ ਆਪਦੀ ਕੁੜੀ ਨੂੰ ਵੇਚਣਾ, ਉਹ ਵਾਲਾ ਸੀਨ ਸੀ ਮੰਨ ਲਾ ਮੰਨ ਕੇ ਚੱਲੋ। ਹਾਂਜੀ
ਬਾਈ ਜੀ, ਜਦੋਂ ਤੁਸੀਂ ਆਪਣੇ ਘਰ ਗੱਲ ਕੀਤੀ ਸੀਗੀ ਕਿ ਮੈਂ ਇਸ ਲੜਕੀ ਦੇ ਨਾਲ ਮੈਰਿਜ ਕਰਵਾਉਣੀ ਆ, ਬਿਲਕੁਲ ਹੈਂਡੀਕੈਪ ਹੈ, ਫਿਰ ਤੁਹਾਡੇ ਘਰ ਦੇ ਕੀ ਕਹਿੰਦੇ ਸੀਗੇ? ਦੇਖੋ, ਮੇਰੀ ਮਾਤਾ ਦਾ ਤਾਂ ਕੋਈ ਰਿਐਕਸ਼ਨ ਨਹੀਂ, ਮੇਰੀ ਮਾਤਾ ਨੇ ਤਾਂ ਬਹੁਤ ਵਧੀਆ ਕਿਹਾ, ਕਹਿੰਦੀ ਪੁੱਤ ਜਿੱਦਾਂ ਤੈਨੂੰ ਵਧੀਆ ਲੱਗਦਾ ਕਰ। ਅਤੇ ਮੇਰੇ ਫਾਦਰ ਦਾ ਥੋੜ੍ਹਾ ਜਿਹਾ ਸੀਗਾ ਸਾ ਮਤਲਬ ਕਹਿਣ ਦਾ ਕਿ ਤੂੰ ਆਪਣੀ ਲਾਈਫ ਕਿੱਦਾਂ ਕੱਟੇਂਗਾ ਅੱਗੇ, ਹੈ ਨਾ, ਕਿ ਕਹਿਣਾ ਸੌਖਾ ਹੈ, ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਪਰ ਕਰਨਾ ਲਾਈਫ ਦੇ ਵਿੱਚ ਪ੍ਰੈਕਟੀਕਲ ਬੜਾ ਔਖਾ ਵਾ। ਵਾਕਈ ਬਾਈ ਜੀ, ਇਹ ਗੱਲ ਕਹਿਣੀ ਔਖੀ ਹੈ। ਜਿਸ ਤਰ੍ਹਾਂ ਤੁਹਾਡੇ ਫਾਦਰ ਸਾਹਿਬ ਕਹਿੰਦੇ ਸੀਗੇ ਕਿ ਜ਼ਿੰਦਗੀ ਦੇ ਵਿੱਚ ਤੈਨੂੰ ਬਹੁਤ ਸਾਰੀਆਂ ਕਠਿਨਾਈਆਂ ਦੇਖਣੇ ਪੈਣੀਆਂ, ਜਿਸ ਤਰ੍ਹਾਂ ਮੈਡਮ ਉਹਨੇ ਹੈਂਡੀਕੈਪ ਨੇ, ਵਾਕਈ ਉਹ ਚੀਜ਼ ਹੋ ਰਹੀ ਹੈ? ਨਹੀਂ ਸਰ, ਉੱਦਾਂ ਦਾ ਤਾਂ ਕੁਛ ਨਹੀਂ ਹੋ ਰਿਹਾ ਜੀ, ਉੱਦਾਂ ਦਾ ਕੁਛ ਨਹੀਂ ਹੈ ਕਿ ਲਾਈਫ ਕਠਿਨ ਹੋ ਗਈ ਜਾਂ ਕੋਈ ਮੰਨ ਲਓ ਹਾਰਡ ਵਰਕ ਕਰਨਾ ਪੈ ਰਿਹਾ, ਕੁਛ ਨਹੀਂ, ਨੋਰਮਲ ਜੀ ਲਾਈਫ ਚੱਲ ਰਹੀ ਹੈ ਸਾਡੀ, ਬਹੁਤ ਵਧੀਆ ਜੀ, ਜੋ ਹੁੰਦੀਆਂ ਆਮ ਘਰਾਂ ਦੀਆਂ ਜੀ ਜੀ। ਅਤੇ ਵਿਆਹ ਵਾਲੇ ਦਿਨ ਬਾਈ ਜੀ, ਕੀ ਮੁਸ਼ਕਲਾਂ ਦੇਖਣਾ ਪਈਆਂ ਤੁਹਾਨੂੰ? ਨਹੀਂ, ਵਿਆਹ ਦੇ ਵਿੱਚ ਤਾਂ ਸਾਡੇ ਪਰਮਾਤਮਾ ਦੀ ਕਿਰਪਾ ਰਹੀ ਜੀ ਪੂਰੀ, ਕੋਈ ਮੁਸ਼ਕਿਲ ਨਹੀਂ ਆਈ ਹੈਗੀ। ਯਾਨੀ ਇਹ ਹੈ ਕਿ ਮੇਰੇ ਘਰਦਿਆਂ ਜਦੋਂ ਜਿਨ੍ਹਾਂ ਨੇ ਨਹੀਂ ਇਹਨੂੰ ਦੇਖਿਆ ਸੀ ਉਹਨਾਂ ਦਾ ਰਿਐਕਸ਼ਨ ਦੇਖ ਕੇ ਥੋੜ੍ਹੇ ਜਿਹੇ ਉਹਨਾਂ ਦੇ ਸਵਾਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ ਸੀ ਜੀ। ਕਿਹੜੇ ਕਿਹੜੇ ਸਵਾਲ ਲੋਕ ਕਰਦੇ ਸੀ, ਕਿਹੜੇ ਕਿਹੜੇ ਰਿਐਕਸ਼ਨ ਕਰਦੇ ਸੀਗੇ ਲੋਕ ਤੁਹਾਨੂੰ ਉਸ ਟਾਈਮ? ਜਿਵੇਂ ਮੰਨ ਲਓ ਮੇਰੇ ਖੁਦ ਦੇ ਬ੍ਰਦਰ ਸੀ, ਉਹਨਾਂ ਨੇ ਇਹਨਾਂ ਨੂੰ ਦੇਖਿਆ ਨਹੀਂ ਸੀਗਾ, ਅਤੇ ਉਹ ਬਸ ਇੱਕੋ ਹੀ ਕਹਿ ਰਹੇ ਸੀਗੇ, ਵੀਰੇ ਤੈਂ ਕੀ ਦੇਖਿਆ ਹੈ ਨਾ ਇਹਨਾਂ ਦੇ ਵਿੱਚ, ਵੀ ਕੀ ਸੋਚ ਕੇ ਮੈਰਿਜ ਕਰਾ ਰਹੇ ਹੋ ਤੁਸੀਂ ਇਹਨਾਂ ਨਾਲ? ਤਾਂ ਮੈਂ ਕਿਹਾ ਨਹੀਂ ਯਾਰ, ਮੈਂ ਕੁਛ ਦੇਖਿਆ ਵੀ ਨਹੀਂ, ਮੈਂ ਕੁਛ ਸੋਚਿਆ ਵੀ ਨਹੀਂ, ਕੁਛ ਬਿਨਾਂ ਸੋਚੇ ਮੈਰਿਜ ਕਰਾ ਰਹੇ ਹਾਂ। ਕਹਿੰਦੇ ਯਾਰ ਤੂੰ ਹੁਣ ਕਰਾ ਰਿਹਾ ਲਾਈਫ ਦੇ ਵਿੱਚ, ਅੱਗੇ ਜਾ ਕੇ ਤੈਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਏਗਾ। ਮੈਂ ਕਿਹਾ ਚੱਲ ਯਾਰ ਦੇਖਾਂਗੇ, ਲਾਈਫ ਜਿੱਦਾਂ ਦੇ ਰੰਗ ਦਿਖਾਏਗੀ ਦੇਖਾਂਗੇ, ਕੋਈ ਗੱਲ ਨਹੀਂ। ਪਰ ਦਿਲ ਮਿਲ ਗਿਆ, ਪਰਮਾਤਮਾ ਨੇ ਲਿਖਤਾ ਜੋ ਲਿਖਤਾ, ਹੋ ਗਿਆ ਮੈਰਿਜ ਜੀ। ਬਾਈ ਜੀ, ਜਦੋਂ ਵਿਆਹ ਕੇ ਆਏ ਸੀਗੇ ਤੁਸੀਂ, ਆਂਢ ਗੁਆਂਢ ਦਾ ਕੀ ਰਿਐਕਸ਼ਨ ਸੀਗਾ? ਸੇਮ ਰਿਐਕਸ਼ਨ ਸੀਗਾ ਜੀ ਆਂਢ ਗੁਆਂਢ ਦਾ, ਵੀ ਜਿੱਦਾਂ ਮੈਂ ਹੁਣ ਤੁਹਾਨੂੰ ਆਪਣੇ ਬ੍ਰਦਰ ਦਾ ਦੱਸ ਕੇ ਹਟਿਆ। ਪਰ ਕਈ ਲੋਕ ਵਿੱਚ ਹੋਗੇ ਨਾ, ਚੰਗੇ ਵੀ ਹੁੰਦੇ ਆ, ਜੋ ਕਹਿੰਦੇ ਨਹੀਂ ਬਹੁਤ ਵਧੀਆ ਕੀਤਾ ਗੋਗੂ ਤੂੰ, ਹੈ ਨਾ, ਕਿ ਬਹੁਤ ਵਧੀਆ ਡਿਸੀਜਨ ਲਿਆ ਲਾਈਫ ਦੇ ਵਿੱਚ। ਬਾਕੀ ਆਂਢ ਗੁਆਂਢ ਦਾ ਵੀ ਪੂਰਾ ਸਾਥ ਮਿਲਦਾ ਜੀ ਸਾਨੂੰ, ਕਿਸੇ ਮਤਲਬ ਇਹ ਨਹੀਂ ਲੱਗਦਾ ਕਿ ਅਸੀਂ ਉਰੇ ਇੱਦਾਂ ਰਹਿ ਰਹੇ, ਪਰਿਵਾਰ ਦੇ ਵਾਂਗੂ ਸਾਰੇ ਟ੍ਰੀਟ ਕਰਦੇ ਆ ਸਾਨੂੰ ਜੀ। ਮੈਡਮ, ਤੁਹਾਨੂੰ ਗੱਲਾਂ ਸੁਣਨੀਆਂ ਪਈਆਂ ਸੀ ਜਦੋਂ ਤੁਸੀਂ ਵਿਆਹ ਗਏ ਸੀ, ਅਤੇ ਆਂਢ ਗੁਆਂਢ ਦੀਆਂ ਜਾਂ ਬਾਈ ਜੀ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ? ਜੀ ਥੋੜ੍ਹਾ ਬਹੁਤਾ ਹੋਇਆ ਸੀ, ਪਰ ਨਹੀਂ, ਇਹ ਕਹਿੰਦੇ ਤੂੰ ਚਿੰਤਾ ਨਾ ਕਰਿਆ ਕਰ, ਜਦੋਂ ਮੈਂ ਤੇਰੇ ਨਾਲ ਹਾਂ ਤੈਨੂੰ। ਹਾਂਜੀ, ਥੋੜਾ ਮੋਟਾ ਕੀ ਕਿਹਾ ਸੀ ਤੁਹਾਨੂੰ ਉਹਨਾਂ ਨੇ? ਉਹਨਾਂ ਨੇ ਇਹਨਾਂ ਨੂੰ ਮੈਨੂੰ ਦੇਖਦੇ ਸੀ ਜਿਹੜੇ ਹੈਰਾਨ ਹੋ ਜਾਂਦੇ ਸੀ ਜੀ, ਇਹਨਾਂ ਦੇ ਯਾਰ ਦੋਸਤ ਕਈ ਇਹੋ ਜਿਹੇ ਸੀਗੇ, ਉਹ ਹੀ ਹੈਰਾਨ ਹੋ ਜਾਂਦੇ, ਤੂੰ ਵੀ ਕੀ ਦੇਖਿਆ ਇਹਨੂੰ ਬਈ ਐਵੇਂ। ਫਿਰ ਜਦੋਂ ਫਿਰ ਮੈਂ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾਂਦੀ ਸੀ ਜੀ, ਬਸ ਉਦੋਂ ਫਿਰ ਇਹ ਮੈਨੂੰ ਸਮਝਾ ਦਿੰਦੇ ਸੀ ਥੋੜ੍ਹਾ ਜਿਹਾ, ਵੀ ਨਾ ਤੂੰ ਟੈਨਸ਼ਨ ਨਾ ਲਿਆ ਕਰ, ਮੈਂ ਤੇਰੇ ਨਾਲ ਹਾਂ, ਜਦੋਂ ਮੈਨੂੰ ਕੋਈ ਟੈਨਸ਼ਨ ਨਹੀਂ ਤਾਂ ਫਿਰ ਮੈਂ ਦੁਨੀਆਦਾਰੀ ਦੀ ਕਿਸੇ ਦੀ ਟੈਨਸ਼ਨ ਨਹੀਂ ਲੈਂਦਾ। ਜਦੋਂ ਜੀ ਮੈਨੂੰ ਰਿਸ਼ਤੇ ਹਮੇਸ਼ਾ ਜੀ ਮੇਰੇ ਵਰਗੇ ਪਰਸਨ ਦੇ ਹੀ ਆਉਂਦੇ ਸੀ ਜੀ, ਹੈਂਡੀਕੈਪ ਪਰਸਨ ਦੇ ਹੀ ਆਉਂਦੇ ਸੀ ਜੀ। ਮੈਨੂੰ ਜੀ ਇੱਕ ਗੱਲ ਦੀ ਚਿੰਤਾ ਹੁੰਦੀ ਸੀ ਕਿ ਨਹੀਂ ਜੀ ਦੋਨੋਂ ਇੱਕੋ ਜਿਹੇ ਹੋਵਾਂਗੇ ਤਾਂ ਇੱਕ ਦੂਜੇ ਦੀ ਹੈਲਪ ਕਿਵੇਂ ਕਰਾਂਗੇ, ਅਤੇ ਮੈਂ ਇਹ ਫਿਰ ਇਹ ਮਤਲਬ ਮੈਂ ਉਹ ਰਿਸ਼ਤਾ ਕਦੇ ਨਹੀਂ ਅਪਣਾਇਆ ਸੀ ਕਦੇ ਵੀ। ਮੈਂ ਕਿਹਾ ਨਹੀਂ, ਜੇ ਮੇਰੇ ਲਾਈਫ 'ਚ ਨੋਰਮਲ ਪਰਸਨ ਹੈ ਤਾਂ ਮੈਂ ਵਿਆਹ ਕਰਾਊਂਗੀ, ਨਹੀਂ ਤਾਂ ਨਹੀਂ ਕਰਾਉਣਾ। ਹਾਂਜੀ, ਬਹੁਤ ਬੋਲੇ ਆ ਜੀ ਲੋਕ, ਕਹਿੰਦੇ ਜੀ ਕਦੇ ਕੋਈ ਲੰਗੜੀ ਵੀ ਕਹਿ ਦਿੰਦਾ ਸੀ ਜੀ, ਕਦੇ ਬਹੁਤ ਕੁਛ ਬੋਲਦੇ ਹੁੰਦੇ ਸੀ ਜੀ, ਤੂੰ ਇਹ ਨਹੀਂ ਕਰ ਪਾਏਗੀ, ਤੂੰ ਉਹ ਨਹੀਂ ਕਰ ਪਾਏਗੀ, ਪਰ ਦੁਨੀਆ ਦੇ ਰੱਬ ਨੇ ਉਹਨਾਂ ਦੇ ਮੂੰਹ 'ਤੇ ਬਹੁਤ ਮਤਲਬ ਉਹਨਾਂ ਨੂੰ ਜਵਾਬ ਦਿੱਤਾ ਰੱਬ ਨੇ ਜੀ, ਬਹੁਤ ਕਰਾਰਾ ਜਵਾਬ ਦਿੱਤਾ, ਮੈਂ ਨਹੀਂ।
ਭਾਈ ਜਾ ਲੰਗੜੀ ਆ ਜਿੱਦਾਂ ਕਿ ਬਹੁਤ ਕੁਛ ਕਹਿੰਦੇ ਹੁੰਦੇ ਸੀ ਜੀ, ਪਰ ਮੈਂ ਉਹਨਾਂ ਚੀਜ਼ਾਂ ਨੂੰ ਸਾਈਡ ਰੱਖ ਕੇ ਆਪਣੀ ਲਾਈਫ ਨੂੰ ਅੱਗੇ ਵਧਾਉਣ ਦਾ ਸੋਚਿਆ ਜੀ। ਮੈਂ ਇੱਥੇ ਤੱਕ ਜੀ BA ਪਾਸ ਕਰ ਲਈ ਜੀ, ਸਟੱਡੀ ਕੰਪਲੀਟ ਕਰ ਲਈ, ਬਹੁਤ ਇੰਟਰਵਿਊ ਵੀ ਦਿੱਤੇ ਜੀ ਹਾਲੇ ਤੱਕ ਤਾਂ ਜੀ, ਹਾਲੇ ਕੋਈ ਮਤਲਬ ਵੀ ਨੌਕਰੀ ਨਹੀਂ। ਫਿਰ ਮੈਂ ਮੈਰਿਜ ਕਰਾਉਣ ਦਾ ਹੀ ਹਾਲੇ ਸੋਚਿਆ ਜੀ। ਮੈਂ ਕਿਹਾ ਜੀ ਇੱਕ ਵਾਰੀ ਮੈਰਿਜ ਕਰਾ ਲਾਂਗੇ ਤਾਂ ਫਿਰ ਮਾਂ ਪਿਓ ਨੂੰ ਥੋੜ੍ਹਾ ਜਿਹਾ ਸੁੱਖ ਹੋ ਜੂਗਾ ਜੀ। ਹਾਂਜੀ, ਤੁਹਾਨੂੰ ਗਲਤ ਬੋਲ ਕੇ ਜਾਂਦੇ ਸੀ ਕਿ ਹਾਂ ਕੁੜੀ ਇੱਦਾਂ ਦੀ ਆ, ਇਹਨੂੰ ਕੋਈ ਚੰਗਾ ਘਰ ਵਾਲਾ ਨਹੀਂ ਮਿਲਣਾ, ਇਹਦਾ ਵਿਆਹ ਨਹੀਂ ਹੋਣਾ, ਤੇ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਜਵਾਬ ਨਹੀਂ ਦਿੰਦੇ ਸੀ ਤੋੜ ਕੇ? ਜੀ ਮੈਂ ਜਵਾਬ ਨਹੀਂ ਦੇਣਾ ਜ਼ਰੂਰੀ ਸਮਝਿਆ। ਮੈਂ ਕਿਹਾ ਜਿਸ ਦਿਨ ਮੇਰਾ ਮਤਲਬ ਵੀ ਮੈਂ ਕਹਿੰਦੇ ਨਾ ਚੁੱਪ ਨਾਲ ਜਵਾਬ ਦਿਓ, ਤਾਂ ਕਰਕੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦੀ ਸੀ, ਤੇ ਰੱਬ ਨੇ ਆਪੇ ਆਪ ਜਵਾਬ ਦਿੱਤਾ ਸੀ ਉਹਨਾਂ ਨੇ ਜੀ। ਜਿਸ ਦਿਨ ਮੇਰੀ ਮੈਰਿਜ ਹੋਈ ਸੀ ਨਾ ਜੀ, ਉਸ ਦਿਨ ਜੀ ਸਾਰੇ ਦੇਖਦੇ ਰਹਿ ਗਏ ਜੀ। ਜਦੋਂ ਵਿਆਹ ਕੇ ਆਏ ਤੁਸੀਂ, ਹਾਂਜੀ, ਜਦੋਂ ਇਕੱਠੇ ਤੁਸੀਂ ਘੁੰਮਣ ਜਾਂਦੇ ਸੀ ਤੇ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਸੀ ਬਾਜ਼ਾਰ 'ਚ ਜਾਣਾ ਜੀ? ਲੋਕਾਂ ਉਹ ਜੀ ਬੜੇ ਹੈਰਾਨ ਹੋ ਜਾਂਦੇ ਸੀ ਜੀ ਦੇਖ ਕੇ। ਇਹ ਮੇਰੀ ਜਿੱਦਾਂ ਕਿ ਕੇਅਰ ਕਰਦੇ ਸੀ ਜੀ, ਜੇ ਮੈਨੂੰ ਚੁੱਕ ਕੇ ਲੈਂਦੇ ਸੀ, ਉਹ ਲੋਕ ਇੱਦਾਂ ਦੇਖਦੇ ਸੀ ਜਿੱਦਾਂ ਕਿ ਪਤਾ ਨਹੀਂ ਵੀ ਕੁੜੀ ਨੂੰ ਕੁਛ ਹੋ ਗਿਆ ਜਾਂ ਕੁਛ, ਮਤਲਬ ਵੀ ਇੱਕ ਕਦਮ ਵੀ ਸਾਰੇ ਇਹਨਾਂ ਕੋਲ ਫੋਕਸ ਕਰਨ ਲੱਗ ਜਾਂਦੇ ਸੀ ਜੀ। ਹਾਂਜੀ ਜੀ, ਬਾਈ ਜੀ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਲੰਗੜੀ ਕਹਿੰਦੇ ਸੀਗੇ, ਹੈ ਨਾ, ਕਿ ਇਹਦਾ ਵਿਆਹ ਨਹੀਂ ਹੋਣਾ, ਫਿਰ ਤੁਹਾਡੇ ਮਨ 'ਤੇ ਕੀ ਬੀਤਰੀ ਸੀ? ਦੇਖੋ ਵਿਆਹ ਤੋਂ ਪਹਿਲਾਂ ਇਹਨੂੰ ਕਿਸੇ ਨੇ ਕੀ ਕਿਹਾ ਮੈਨੂੰ ਨਹੀਂ ਪਤਾ, ਹੈ ਨਾ, ਪਰ ਜਦ ਮੇਰੇ ਸਾਹਮਣੇ ਕੋਈ ਕਹਿੰਦਾ ਨਾ, ਮੇਰੇ ਦਿਲ ਦੇ ਵਿੱਚ ਮਤਲਬ ਕਿ ਗੁੱਸਾ ਬਹੁਤ ਆਉਂਦਾ ਵਾ। ਪਰ ਕਹਿੰਦੇ ਨਾ ਚੁੱਪ ਵੱਟੀ ਚੰਗੀ, ਇਹਦੇ ਲਈ ਚੁੱਪ ਰਹਿਣਾ ਹੀ ਮੁਨਾਸਿਬ ਸਮਝੀਦਾ, ਕੋਈ ਕਦੇ ਨਾ ਕਦੇ ਪਰਮਾਤਮਾ ਜਵਾਬ ਦੇਵੇਗਾ ਜੀ, ਅਸੀਂ ਇਹੀ ਸੋਚਦੇ ਹਾਂ ਜੀ। ਅਤੇ ਬਾਈ ਜੀ ਫਿਰ ਘਰ ਦੇ ਵਿੱਚ ਕੰਮ ਕਾਰ ਕਿਵੇਂ ਫਿਰ ਮੈਨੇਜ ਕਰਦੇ ਹੋ ਸਾਰਾ, ਕਿਉਂਕਿ ਉਹਨਾਂ ਕੋਲ ਤਾਂ ਚੰਗੀ ਤਰ੍ਹਾਂ ਤੋਰ ਫੇਰ ਨਹੀਂ ਹੁੰਦਾ? ਕੰਮ ਕਾਰ ਦੇਖੋ ਜੀ ਮਿਲ ਵੰਡ ਕੇ ਕਰ ਲਈਦਾ, ਦੋਨੋਂ ਜਾਣੇ ਮਿਲ ਵੰਡ ਕੇ ਕਰ ਲਈਦਾ ਵਾ। ਜੋ ਇਹਦੇ ਤੋਂ ਹੁੰਦਾ ਉਹ ਇਹ ਕਰਦੀ ਆ, ਜੋ ਨਹੀਂ ਹੁੰਦਾ ਇਹਨੂੰ ਕਹਿ ਦਿੰਦਾ ਸਾਫ਼ ਕਿ ਨਹੀਂ ਹੁੰਦਾ, ਕੋਈ ਗੱਲ ਨਹੀਂ ਮੈਂ ਕਰ ਲਊਂਗਾ, ਮੈਂ ਹੈਗਾ ਵਾ ਜੀ। ਜੋ ਮੇਰੇ ਤੋਂ ਨਹੀਂ ਹੁੰਦਾ ਮੈਂ ਇਹਨਾਂ ਨੂੰ ਆਰਾਮ ਨਾਲ ਕਹਿੰਦੇ ਆ, ਕੋਈ ਲੜਾਈ ਝਗੜਾ ਨਹੀਂ, ਕੋਈ ਪਰੇਸ਼ਾਨੀ ਨਹੀਂ, ਆਰਾਮ ਨਾਲ। ਮੈਂ ਕਿਹਾ ਜੀ ਬਾਹੂ ਇਹ ਕੰਮ ਨਹੀਂ ਹੁੰਦਾ, ਅਤੇ ਕਹਿੰਦੇ ਕੋਈ ਨਾ ਪੁੱਤ ਮੈਂ ਕਰ ਲੂੰਗਾ, ਤੂੰ ਬਸ ਜਿੰਨਾ ਹੁੰਦਾ ਉਹ ਨਾ ਕਰ ਲੈ, ਤੂੰ ਆਪਦਾ ਆਰਾਮ ਕਰ ਲਿਆ। ਹਾਂਜੀ ਮੈਨੂੰ ਕਦੇ ਵੀ, ਹਾਂਜੀ ਕਦੇ ਵੀ ਇਹਨਾਂ ਨੇ ਮੈਨੂੰ ਕਦੇ ਦਬਾਵ ਨਹੀਂ ਪਾਇਆ ਵੀ ਇਹ ਕੰਮ ਤੂੰ ਕਰ, ਤੇਰੇ ਮੇਰੇ ਤੋਂ ਨਹੀਂ ਹੁੰਦਾ, ਜਿੱਥੇ ਮੈਂ ਕਹਿ ਤਾ ਬਾਹੂ ਮੇਰਾ ਕੰਮ ਨਹੀਂ ਹੁੰਦਾ, ਇਹ ਕਰਦੇ ਆ ਜੀ। ਬਾਈ ਜੀ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ ਤੁਹਾਡੇ? ਸਾਡੇ ਵਿਆਹ ਨੂੰ 3 ਸਾਲ ਹੋ ਚੱਲੇ ਜੀ। ਬੋਝ ਤਾਂ ਨਹੀਂ ਲੱਗ ਰਿਹਾ ਬਾਈ ਜੀ ਤੁਹਾਨੂੰ? ਮੈਂ ਸਰ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਕੋਈ ਖਾਸ ਜਿੱਦਾਂ ਲੋਕ ਡਰਾਉਂਦੇ ਸੀ ਨਾ, ਉੱਦਾਂ ਦਾ ਕੋਈ ਮਤਲਬ ਨਹੀਂ ਹੈਗਾ, ਬਹੁਤ ਵਧੀਆ ਲਾਈਫ ਚੱਲ ਰਹੀ ਹੈ, ਜਿੱਦਾਂ ਕਿ ਨੋਰਮਲ ਪਰਸਨ ਦੀ ਚੱਲਦੀ ਹੈ ਨਾ, ਸਾਡੀ ਸੇਮ ਨੋਰਮਲ ਪਰਸਨ ਵਾਂਗੂ ਲਾਈਫ ਚੱਲ ਰਹੀ ਹੈ ਘਰ ਬਾਰ ਨੂੰ ਲੈ ਕੇ ਜੀ। ਮੈਡਮ ਤੁਹਾਨੂੰ ਤਾਂ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਮੈਂ ਇਹਨਾਂ 'ਤੇ ਬੋਝ ਬਣ ਚੁੱਕੀ ਹਾਂ? ਜੀ ਮੈਂ ਥੋੜ੍ਹਾ ਥੋੜ੍ਹਾ ਜਿਹਾ ਫੀਲ ਹੁੰਦਾ, ਪਰ ਨਹੀਂ ਮੈਂ ਸੋਚ ਲੈਂਦੀ ਹਾਂ ਕਿ ਨਹੀਂ ਜੀ ਤੇਰੇ ਲਈ ਜੋ ਸਹੀ ਪਰਮਾਤਮਾ ਨੇ ਕਰਿਆ ਉਹ ਸਹੀ ਹੈ। ਮਤਲਬ ਵੀ ਕਦੇ ਕਦੇ ਫੀਲ ਹੁੰਦਾ ਵੀ ਮੈਂ ਨਹੀਂ, ਉਹ ਇਹ ਤੁਰਦੇ ਆ ਜਦੋਂ ਮੈਂ ਵੀ ਨਾਲ ਤੁਰਦੀ ਹਾਂ, ਵੀ ਥੋੜ੍ਹਾ ਜਿਹਾ ਫੀਲ ਹੁੰਦਾ ਕਿ ਨਹੀਂ ਨਹੀਂ ਮੈਂ ਲਾਇਕ, ਮਤਲਬ ਵੀ ਲਾਇਕ ਨਹੀਂ ਸਮਝਦੀ। ਕਦੇ ਕਦੇ ਇਹ ਮੈਨੂੰ ਜ਼ਰੂਰ ਕਹਿ ਦਿੰਦੀ ਆ ਕਿ ਮੈਂ ਤੁਹਾਡੇ ਉੱਤੇ ਬੋਝ ਬਣ ਗਈ, ਤੁਸੀਂ ਕੀ ਸੋਚ ਕੇ ਹੈ ਨਾ ਮੇਰੇ ਨਾਲ ਵਿਆਹ ਕਰਾ ਲਿਆ, ਤਾਂ ਉਦੋਂ ਇਹਦੀਆਂ ਅੱਖਾਂ 'ਚ ਪਾਣੀ ਵੀ ਹੁੰਦਾ ਵਾ, ਇਹਨੂੰ ਪਛਤਾਵਾ ਵੀ ਹੁੰਦਾ ਵਾ। ਪਰ ਇਹਨੂੰ ਫਿਰ ਮੈਂ ਸਾਰਾ ਦਿਨ ਨਹੀਂ ਯਾਰ ਕੋਈ ਗੱਲ ਨਹੀਂ, ਕਿੱਦਾਂ ਟੈਨਸ਼ਨ ਨਾ ਲਿਆ ਕਰ, ਮਾੜੀ ਮੋਟੀ ਚੱਲਦਾ ਰਹਿੰਦਾ ਹੁੰਦਾ ਲਾਈਫ ਦੇ ਵਿੱਚ, ਐਂ ਘਬਰਾਇਆ ਨਾ ਕਰ ਜੀ। ਬਾਈ ਜੀ ਬੱਚੇ ਨੂੰ ਲੈ ਕੇ ਵੀ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਨੇ ਤੁਹਾਨੂੰ? ਨਹੀਂ ਬੱਚੇ ਨੂੰ ਲੈ ਕੇ ਤਾਨੇ ਮਿਹਣੇ ਤਾਂ ਸੁਣਨ ਨੂੰ ਨਹੀਂ ਮਿਲੇ, ਪਰ ਲੋਕਾਂ ਦੇ ਕੁਛ ਸਵਾਲ ਸੀਗੇ ਜਵਾਬ ਦਿੱਤੇ ਉਹਨਾਂ ਦੇ,
ਕੀ ਸੀਗੇ ਲੋਕਾਂ ਦੇ? ਜਿਵੇਂ ਕਿ ਮੰਨ ਲਓ ਲੋਕ ਕਹਿੰਦੇ ਆ ਕਿ ਹੈਂਡੀਕੈਪ ਹੈ, ਬਹਿ ਕੇ ਚੱਲਦੀ ਆ, ਵੀ ਪਹਿਲੀ ਤਾਂ ਗੱਲ ਬੱਚਾ ਮੈਨੇਜ ਹੀ ਨਹੀਂ ਕਰ ਪਾਊਗੀ, ਕਿੱਦਾਂ ਹੈ ਨਾ 9 ਮਹੀਨੇ ਕਿੱਦਾਂ ਰੱਖੇਗੀ। ਦੂਜੀ ਗੱਲ ਜੇ ਮੰਨ ਲਓ ਬੱਚਾ ਹੋ ਪੈਦਾ ਹੋ ਵੀ ਗਿਆ ਤੁਹਾਡੇ, ਤਾਂ ਕਿੱਦਾਂ ਮਤਲਬ ਆਪਣੇ ਆਪ ਨੂੰ ਸਾਂਭੇਗੀ ਜਾਂ ਬੱਚਾ ਸਾਂਭੇਗੀ, ਕਿੱਦਾਂ ਮੈਨੇਜ ਕਰੇਗੀ? ਹੁਣ ਮੈਂ ਲੋਕਾਂ ਨੂੰ ਇਹੀ ਜਵਾਬ ਦਿੰਦਾ ਹੁੰਦਾ ਕਿ ਯਾਰ ਜਿੱਦਾਂ ਕੋਈ ਵੀ ਜਵਾਬ ਮੰਨ ਲਓ ਕਿ ਜਿੱਦਾਂ ਮੈਂ ਇਹਨੂੰ ਸਾਂਭਿਆ ਵਾ ਨਾ, ਜਿੱਦਾਂ ਅਸੀਂ ਆਪਣੀ ਲਾਈਫ ਹੁਣ ਚਲਾ ਰਹੇ ਹਾਂ ਇੱਦਾਂ ਹੀ ਚਲਾਵਾਂਗੇ, ਇੱਕ ਦੂਜੇ ਨੂੰ ਮਿਲ ਵੰਡ ਕੇ ਬੱਚੇ ਨੂੰ ਅਸੀਂ ਵੱਡਾ ਕਰਾਂਗੇ ਜੀ। ਮੈਡਮ ਤੁਹਾਨੂੰ ਤਾਂ ਨਹੀਂ ਤਾਨੇ ਮਿਲੇ ਸੁਣਨ ਨੂੰ ਮਿਲੇ ਸੀਗੇ? ਨਹੀਂ ਜੀ, ਤਾਨੇ ਤਾਂ ਨਹੀਂ ਜੀ ਕੋਈ ਦਿੰਦਾ ਜੀ, ਜਦੋਂ ਰੱਬ ਦੀ ਕਿਰਪਾ ਹੋਏਗੀ ਉਦੋਂ ਆਪੇ ਆ ਜਾਣਾ ਜੀ ਜੀ ਨੇ। ਹਾਂਜੀ, ਜਦੋਂ ਮਤਲਬ ਵੀ ਕਿਸੇ ਦਾ ਬੱਚਾ ਦੇਖ ਲੈਂਦੇ ਆ, ਚਲੋ ਥੋੜ੍ਹਾ ਜਿਹਾ ਹੁੰਦਾ ਵੀ ਆਪਣਾ ਵੀ ਹੋਵੇ, ਬਸ ਜੀ ਸਬਰ ਕਰਦੇ ਪਏ ਹਾਂ ਜੀ। ਹਾਂਜੀ, ਬਾਕੀ ਜੀ ਮੈਂ ਕੁਛ। ਹਾਂਜੀ ਮੈਡਮ, ਤੁਸੀਂ ਇੰਨਾ ਪੜ੍ਹੇ ਲਿਖੇ ਹੋ, ਕਦੀ ਜੋਬ ਵਗੈਰਾ ਕਰਨ ਦੀ ਨਹੀਂ ਸੋਚੀ ਤੁਸੀਂ? ਜੀ ਸਰ, ਮੈਂ ਜੋਬ ਕਰਨ ਦੀ ਸੋਚੀ ਹੈ ਜੀ, ਮੈਂ ਬਹੁਤ ਇੰਟਰਵਿਊ ਦਿੱਤੇ ਹਲੇ ਤੱਕ ਤਾਂ ਜੀ, ਹਲੇ ਤੱਕ ਤਾਂ ਕੋਈ ਜੋਬ ਮਿਲੀ ਨਹੀਂ। ਮੈਂ ਬਸ ਸਰਕਾਰ ਤੱਕ ਇਹੀ ਬੇਨਤੀ ਕਰਨੀ ਚਾਹੂੰਗੀ ਕਿ ਮੈਨੂੰ ਜੋਬ ਮਿਲੇ ਜੀ। ਪੜ੍ਹੀ ਲਿਖੀ ਮੈਂ ਜੀ, BA ਕੀਤੀ ਹੋਈ ਹੈ ਜੀ ਮੈਂ। ਹਾਂਜੀ, ਅਤੇ ਮੈਂ ਜੀ ਜੋਬ ਕਰਨਾ ਚਾਹੁੰਦੀ ਹਾਂ ਜੀ, ਮੈਂ ਆਪਦੇ ਘਰ ਵਾਲੇ ਦਾ ਸਹਾਰਾ ਬਣਨਾ ਚਾਹੁੰਦੀ ਹਾਂ ਜੀ। ਹਾਂਜੀ, ਜੇ ਸਰਕਾਰ ਤੱਕ ਮੇਰੀ ਵੀਡੀਓ ਪਹੁੰਚੇ ਤਾਂ ਮੈਨੂੰ ਜ਼ਰੂਰ ਨੌਕਰੀ ਦਿੱਤੀ ਜਾਵੇ ਜੀ। ਬਾਈ ਜੀ, ਤੁਸੀਂ ਕੀ ਕੰਮ ਕਰਦੇ ਹੋ? ਜੀ ਮੈਂ ਡਰਾਈਵਿੰਗ ਦਾ ਕੰਮ ਕਰਦਾ ਜੀ। ਜੀ, ਘਰ ਬਾਰ ਆਪਣਾ ਵਾ ਬਾਈ ਜੀ ਜਾਂ ਕਿਰਾਏ 'ਤੇ ਰਹਿੰਦੇ ਹੋ ਤੁਸੀਂ? ਨਹੀਂ, ਫਿਲਹਾਲ ਰੈਂਟੀ ਵਾਲਾ ਜੀ, ਕਿਰਾਏ 'ਤੇ ਰਹਿੰਦੇ ਹਾਂ। ਅਤੇ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਫਿਰ ਤੁਸੀਂ? ਘਰ ਦਾ ਗੁਜ਼ਾਰਾ ਬਹੁਤ ਵਧੀਆ ਹੋ ਹੀ ਜਾਂਦਾ ਜੀ, ਸੈਲਰੀ ਮਿਲਦੀ ਹੈ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਤਕਰੀਬਨ ਵਧੀਆ ਜੀ। ਜੀ, ਸੋ ਲਾਸਟ ਦੇ ਵਿੱਚ ਮੈਡਮ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਜਿਹੜੇ ਲੋਕ ਤੁਹਾਨੂੰ ਤਾਨੇ ਮੀਣੇ ਸੁਣਾਉਂਦੇ ਸੀਗੇ ਕਿ ਇਹਦਾ ਵਿਆਹ ਨਹੀਂ ਹੋਣਾ, ਇਹ ਲੰਗੜੀ ਲੂਲੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਮੈਂ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਲੋਕੋ ਆਪਣੀ ਸੋਚ ਬਦਲੋ, ਠੀਕ ਹੈ ਨਾ। ਸਾਡੇ ਵਰਗੇ ਪਰਸਨ ਵੀ ਦਿਲ ਵਾਲੇ ਹੁੰਦੇ ਆ ਔਰ ਸਪੈਸ਼ਲਿਸਟ ਹੀ ਹੁੰਦੇ ਆ, ਬਸ ਉਹਨਾਂ ਦੀ ਕਦਰ ਕਰੋ ਪਲੀਜ਼, ਉਹਨਾਂ ਨੂੰ ਮੰਦਾ ਨਾ ਬੋਲੋ, ਉਹਨਾਂ ਦਾ ਵੀ ਬੜਾ ਦਿਲ ਦੁਖਦਾ ਹੈ, ਠੀਕ ਹੈ ਜੀ। ਹਾਂਜੀ ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਗੱਲਾਂ ਕਰਦੇ ਸੀਗੇ? ਸਰ, ਮੈਂ ਤਾਂ ਕੁਛ ਨਹੀਂ ਕਹਿਣਾ ਚਾਹੂੰਗਾ, ਉਹਨਾਂ ਨੂੰ ਪਰਮਾਤਮਾ ਹੀ ਜਵਾਬ ਦੇਊਗਾ। ਵਾਕੇ ਦਿੰਦਾ ਪਿਆ ਪਰਮਾਤਮਾ, ਜਿੱਦਾਂ ਸਾਡੀ ਲਾਈਫ ਚੱਲਦੀ ਪਈ, ਲੋਕ ਜਿੱਦਾਂ ਸੋਚਦੇ ਸੀ ਕਿ ਹੈ ਨਾ ਔਖੀ ਚੱਲੇਗੀ, ਪਰ ਉਹ ਤਾਂ ਵਧੀਆ ਚੱਲ ਰਹੀ ਹੈ, ਤਾਂ ਲੋਕਾਂ ਨੂੰ ਆਲਰੇਡੀ ਜਵਾਬ ਮਿਲ ਗਿਆ ਜੀ। ਜੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ। ਜੀ, ਸੋ ਭੈਣ ਦੇ ਨਾਲ ਅਤੇ ਵੀਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ, ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਸੰਘਰਸ਼ ਇਹਨਾਂ ਦੇਖਣ ਨੂੰ ਮਿਲਿਆ ਅਤੇ ਲੋਕਾਂ ਦੇ ਤਾਨੇ ਮਿਣੇ ਸੁਣਨ ਨੂੰ ਵੀ ਇਹਨਾਂ ਨੂੰ ਮਿਲੇ ਨੇ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ, ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ, ਜੁੜੇ ਰਹੋ ਆਵਾਮ ਮੀਡੀਆ ਦੇ ਨਾਲ।